ਪ੍ਰਿਆ ਕੀ ਗੱਲ ਕੀ ਹੋਈ ਸੀਗੀ ਕਿੱਦਾਂ ਤੁਹਾਡੇ ਨਾਲ ਅਖਬਾਰ ਦਾ ਜਿਹੜੀ ਹੋਈ ਅੱਜ ਮੈਨੂੰ ਕਾਲ ਆਈ ਸੀ ਮੈਂ ਅਲਾਸਕਾ ਜੋਬ ਦੇ ਸਾਈਡ ਤੇ ਲਾ ਕੇ ਕਾਲ ਸੁਣੀ ਸੁਣ ਕੇ ਮੈਂ ਜਿੱਦਾਂ ਹੀ ਫੋਨ ਕੱਟ ਕੇ ਜੇਬ ਚ ਰੱਖਣ ਲੱਗੀ ਸੀ ਇਹਨਾਂ ਨੇ ਮਤਲਬ ਮੇਰੇ ਹੱਥੋਂ ਫੋਨ ਖੋਇਆ ਨਾਲ ਹੀ ਨਿਕਲ ਗਏ ਉੱਥੋਂ ਫਿਰ ਮੈਂ ਮੇਰੇ ਕੋ ਐਕਟਿਵਾ ਸੀ ਮੈਂ ਐਕਟਿਵਾ ਦੇ ਪਿੱਛੇ ਇਹਨਾਂ ਦੇ ਭੱਜੀ ਤੇ ਫਿਰ ਮੈਨੂੰ ਦੇਖ ਕੇ ਲੋਕੀ ਵੀ ਇਹਨਾਂ ਦੇ ਪਿੱਛੇ ਭੱਜੇ ਫਿਰ ਇਹ ਕਮਲ ਪੈਲਸ ਦੇ ਕੋਲ ਆ ਕੇ ਮੈਂ ਇਹਨਾਂ ਨੂੰ ਅੱਗੋਂ ਰੋਕਿਆ ਤੇ ਫਿਰ ਇਹਨਾਂ ਨੂੰ ਲੋਕਾਂ ਨੇ ਫੜਿਆ ਤੇ ਫਿਰ ਇਹਨਾਂ ਨੇ ਮੇਰਾ ਫੋਨ ਫਿਰ ਵਾਪਸ ਕੀਤਾ ਤੇ ਉਹਦੇ ਪੁਲਿਸ ਨੂੰ ਇਤਲਾਹ ਕਰਤੀ ਸੀਗੀ ਫੋਨ ਉਦੋਂ ਕਰ ਦਿੱਤਾ ਸੀਗਾ ਉੱਥੇ ਇੱਕ ਕਨਸਟੇਬਲ ਖੜੇ ਵੀ ਸੀਗੇ ਉਹਨਾਂ ਨੇ ਮੈਨੂੰ ਰੋਕਿਆ ਕਿ ਤੁਸੀਂ ਜਾਣਾ ਨਹੀਂ ਕੰਪਲੇਂਟ ਕਰਾ ਕੇ ਜਾਣਾ ਜਾਂ ਪੁਲਿਸ ਆ ਰਹੀ ਆ ਬਟ ਮਤਲਬ ਅੱਧਾ ਪੌਣਾ ਘੰਟਾ ਬਾਅਦ ਫਿਰ ਜਦੋਂ ਫਿਰ ਦੁਬਾਰਾ ਕਾਲ ਕੀਤੀ ਫਿਰ ਪੁਲਿਸ ਆਈ ਠੀਕ ਹੈ ਕੀ ਗੱਲ ਕੀ ਹੋਈ ਸੀਗੀ ਕਿੱਦਾਂ ਤੁਹਾਡੇ ਨਾਲ ਅਖਬਾਰ ਦਾ ਜਿਹੜੀ ਹੋਈ ਅੱਜ ਮੈਨੂੰ ਕਾਲ ਆਈ ਸੀ ਮੈਂ ਅਲਾਸਕਾ ਜੋਬ ਦੇ ਸਾਈਡ ਤੇ ਲਾ ਕੇ ਕਾਲ ਸੁਣੀ ਸੁਣ ਕੇ ਮੈਂ ਜਿੱਦਾਂ ਹੀ ਫੋਨ ਕੱਟ ਕੇ ਜੇਬ ਚ ਰੱਖਣ ਲੱਗੀ ਸੀ ਇਹਨਾਂ ਨੇ ਮਤਲਬ ਮੇਰੇ ਹੱਥੋਂ ਫੋਨ ਖੋਇਆ ਨਾਲ ਹੀ ਨਿਕਲ ਗਏ ਉੱਥੋਂ ਫਿਰ ਮੈਂ ਮੇਰੇ ਕੋ ਐਕਟਿਵਾ ਸੀ ਮੈਂ ਐਕਟਿਵਾ ਦੇ ਪਿੱਛੇ ਇਹਨਾਂ ਦੇ ਭੱਜੀ ਤੇ ਫਿਰ ਮੈਨੂੰ ਦੇਖ ਕੇ ਲੋਕੀ ਵੀ ਇਹਨਾਂ ਦੇ ਪਿੱਛੇ ਭੱਜੇ ਫਿਰ ਇਹ ਕਮਲ ਪੈਲਸ ਦੇ ਕੋਲ ਆ ਕੇ ਮੈਂ ਇਹਨਾਂ ਨੂੰ ਅੱਗੋਂ ਰੋਕਿਆ ਤੇ ਫਿਰ ਇਹਨਾਂ ਨੂੰ ਲੋਕਾਂ ਨੇ ਫੜਿਆ ਤੇ ਫਿਰ ਇਹਨਾਂ ਨੇ ਮੇਰਾ ਫੋਨ ਫਿਰ ਵਾਪਸ ਕੀਤਾ ਤੇ ਉਹਦੇ ਪੁਲਿਸ ਨੂੰ ਇਤਲਾਹ ਕਰਤੀ ਸੀਗੀ ਫੋਨ ਉਦੋਂ ਕਰ ਦਿੱਤਾ ਸੀਗਾ ਉੱਥੇ ਇੱਕ ਕਨਸਟੇਬਲ ਖੜੇ ਵੀ ਸੀਗੇ ਉਹਨਾਂ ਨੇ ਮੈਨੂੰ ਰੋਕਿਆ ਕਿ ਤੁਸੀਂ ਜਾਣਾ ਨਹੀਂ ਕੰਪਲੇਂਟ ਕਰਾ ਕੇ ਜਾਣਾ ਜਾਂ ਪੁਲਿਸ ਆ ਰਹੀ ਆ ਬਟ ਮਤਲਬ ਅੱਧਾ ਪੌਣਾ ਘੰਟਾ ਬਾਅਦ ਫਿਰ ਜਦੋਂ ਫਿਰ ਦੁਬਾਰਾ ਕਾਲ ਕੀਤੀ ਫਿਰ ਪੁਲਿਸ ਆਈ ਠੀਕ ਹੈ ਕੀ ਗੱਲ ਕੀ ਹੋਈ ਸੀਗੀ ਕਿੱਦਾਂ ਤੁਹਾਡੇ ਨਾਲ ਅਖਬਾਰ ਦਾ ਜਿਹੜੀ ਹੋਈ ਅੱਜ ਮੈਨੂੰ ਕਾਲ ਆਈ ਸੀ ਮੈਂ ਅਲਾਸਕਾ ਜੋਬ ਦੇ ਸਾਈਡ ਤੇ ਲਾ ਕੇ ਕਾਲ ਸੁਣੀ ਸੁਣ ਕੇ ਮੈਂ ਜਿੱਦਾਂ ਹੀ ਫੋਨ ਕੱਟ ਕੇ ਜੇਬ ਚ ਰੱਖਣ ਲੱਗੀ ਸੀ ਇਹਨਾਂ ਨੇ ਮਤਲਬ ਮੇਰੇ ਹੱਥੋਂ ਫੋਨ ਖੋਇਆ ਨਾਲ ਹੀ ਨਿਕਲ ਗਏ ਉੱਥੋਂ ਫਿਰ ਮੈਂ ਮੇਰੇ ਕੋ ਐਕਟਿਵਾ ਸੀ ਮੈਂ ਐਕਟਿਵਾ ਦੇ ਪਿੱਛੇ ਇਹਨਾਂ ਦੇ ਭੱਜੀ ਤੇ ਫਿਰ ਮੈਨੂੰ ਦੇਖ ਕੇ ਲੋਕੀ ਵੀ ਇਹਨਾਂ ਦੇ ਪਿੱਛੇ ਭੱਜੇ ਫਿਰ ਇਹ ਕਮਲ ਪੈਲਸ ਦੇ ਕੋਲ ਆ ਕੇ ਮੈਂ ਇਹਨਾਂ ਨੂੰ ਅੱਗੋਂ ਰੋਕਿਆ ਤੇ ਫਿਰ ਇਹਨਾਂ ਨੂੰ ਲੋਕਾਂ ਨੇ ਫੜਿਆ ਤੇ ਫਿਰ ਇਹਨਾਂ ਨੇ ਮੇਰਾ ਫੋਨ ਫਿਰ ਵਾਪਸ ਕੀਤਾ ਤੇ ਉਹਦੇ ਪੁਲਿਸ ਨੂੰ ਇਤਲਾਹ ਕਰਤੀ ਸੀਗੀ ਫੋਨ ਉਦੋਂ ਕਰ ਦਿੱਤਾ ਸੀਗਾ ਉੱਥੇ ਇੱਕ ਕਨਸਟੇਬਲ ਖੜੇ ਵੀ ਸੀਗੇ ਉਹਨਾਂ ਨੇ ਮੈਨੂੰ ਰੋਕਿਆ ਕਿ ਤੁਸੀਂ ਜਾਣਾ ਨਹੀਂ ਕੰਪਲੇਂਟ ਕਰਾ ਕੇ ਜਾਣਾ ਜਾਂ ਪੁਲਿਸ ਆ ਰਹੀ ਆ ਬਟ ਮਤਲਬ ਅੱਧਾ ਪੌਣਾ ਘੰਟਾ ਬਾਅਦ ਫਿਰ ਜਦੋਂ ਫਿਰ ਦੁਬਾਰਾ ਕਾਲ ਕੀਤੀ ਫਿਰ ਪੁਲਿਸ ਆਈ ਠੀਕ ਹੈ